ਚੱਕਰ ਦਾ ਖੇਤਰਫਲ ਇੱਕ ਗੋਲ ਚੱਕਰ ਬਣਾਓ ਅਤੇ ਇਸ ਚੱਕਰ ਦੇ ਅੱਧੇ ਹਿੱਸੇ ਨੂੰ ਰੰਗ ਕਰੋ ਹੁਣ ਇਸ ਗੋਲ ਚੱਕਰ ਨੂੰ ਚਾਰ ਹਿੱਸਿਆਂ ਵਿੱਚ ਮੋੜੋ ਅਤੇ ਇਸ ਨੂੰ ਇਨ੍ਹਾਂ ਮੋੜਾਂ ਦੇ ਪਾਸਿਆਂ ਦੇ ਨਾਲ-ਨਾਲ ਕਟੋ ਵੱਖ-ਵੱਖ ਪਾਗਾਂ ਨੂੰ ਵਿਵਸਥਿਤ ਕਰੋ ਜੋ ਕਿ ਆਮ ਤੌਰ ਤੇ ਇੱਕ ਸਮਾਨਾਂਤਰ ਚਤੁਰਪੁਜ ਹੁੰਦੇ ਹਨ ਜੇਕਰ ਅਸੀਂ ਚੱਕਰ ਨੂੰ 64 ਟੁਕੜਿਆਂ ਵਿੱਚ ਵੰਡਦੇ ਹਾਂ ਅਤੇ ਇਹਨਾਂ ਟੁਕੜਿਆਂ ਨੂੰ ਸੰਗਠਿਤ ਕਰਦੇ ਹਾਂ ਤਾਂ ਇਹ ਕੇਵਲ ਇੱਕ ਆਇਤ ਬਣਾਉਂਦਾ ਹੈ ਚੱਕਰ ਦਾ ਖੇਤਰਫਲ ਬਰਾਬਰ ਇਸ ਪ੍ਰਕਾਰ ਬਣੇ ਆਇਤ ਦਾ ਖੇਤਰਫਲ ਬਰਾਬਰ ਲੰਬਾਈ ਗੁਣਾ ਚੌੜਾਈ ਬਰਾਬਰ ਪਰਿਮਾਪ ਦਾ ਅੱਧ ਗੁਣਾ ਰੇਡੀਅਸ ਬਰਾਬਰ 1/2 (ਸ਼ੁਰੂ 2πr ਬੰਦ) ਗੁਣਾ r ਇਸ ਲਈ ਚੱਕਰ ਦਾ ਖੇਤਰਫਲ ਬਰਾਬਰ பாய ஆர்தர்